ਹੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਟੋਇਟਾ ਦੀ ਗਲੈਂਜ਼ਾ 2022 ਜੋ ਕਿ ਐਸ ਵੇਰੀਐਂਟ ਹੈ ਉਹ ਲੈ ਕੇ ਆਇਆ ਇਹਦੇ ਵਿੱਚ ਤੁਹਾਨੂੰ 4 ਵੇਰੀਐਂਟ ਦੇਖਣ ਨੂੰ ਮਿਲਦੇ ਆ ਤੇ ਸਿਰਫ ਪੈਟਰੋਲ ਆਪਸ਼ਨ ਵਿੱਚ ਹੀ ਆਉਂਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਇੱਕ ਆਟੋਮੈਟਿਕ AMT ਦਾ ਵੀ ਆਪਸ਼ਨ ਮਿਲ ਜਾਂਦਾ ਹੈ ਤੇ ਇਹਦੇ ਵਿੱਚ ਤੁਹਾਨੂੰ 1200 cc ਦਾ ਇੰਜਨ ਮਿਲਦਾ ਹੈ ਜੋ ਕਿ ਜੇ ਤੁਹਾਨੂੰ ਕਮ ਸੇ ਕਮ ਮੈਕਸੀਮਮ ਜੋ ਕੰਪਨੀ ਕਰੇਮ ਕਰਦੀ ਹੈ ਉਹਦੀ 22 ਦੀ ਐਵਰੇਜ ਕਰਦੀ ਹੈ ਪਰ ਤੁਸੀਂ ਜੇ ਅਗਰ ਸਿਟੀ 'ਚ ਵੀ ਚਲਾਉਂਦੇ ਹੋ ਤਾਂ ਤੁਹਾਨੂੰ 15-16 ਦੀ ਐਵਰੇਜ ਦਿੰਦੀ ਹੈ ਅਤੇ ਬਾਕੀ ਹਾਈਵੇ 'ਤੇ ਤੁਹਾਨੂੰ ਜ਼ਿਆਦਾ ਵੀ ਦੇ ਸਕਦੀ ਅਗਰ ਤੁਸੀਂ ਲਾਈਟ ਫੁੱਟ ਯੂਜ਼ ਕਰਦੇ ਹੋ ਜਾਂ ਕਰੂਜ਼ ਕਰਦੇ ਹੋ ਤਾਂ ਤੁਹਾਨੂੰ ਇੰਨੀ ਕੁ ਐਵਰੇਜ ਮਿਲ ਜਾਂਦੀ ਹੈ ਇਹਦੀ ਫਰੰਟ ਲੁੱਕ ਕੁਛ ਦੇਖਣ ਨੂੰ ਇਸ ਤਰ੍ਹਾਂ ਦੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ 360 ਵਿਊ ਦੇ ਦਿੰਦਾ ਹਾਂ ਕਿ ਇਹ ਦੇਖਣ ਨੂੰ ਕਿੱਦਾਂ ਦੀ ਹੈ ਫਰੰਟ ਕੁਛ ਇਸ ਤਰ੍ਹਾਂ ਦਾ ਹੈ स्टार्ट करते हैं जी फ्रंट लुक तो फ्रंट लुक तुहानू कुछ इस तरह की दिखन नू मिलती है जिहदे विच सब तो पहला जो तुहानू टोयोटा का लोगो कुछ इस तरह का दिखन नू मिलता है इत्थे तुहानू सारा क्रोम दिखता है तो जो इहदी ग्रिल है थोड़ी मैट विच है तो जो तुहानू थले वाली जो हैगी है वह भी तुहानू सारा मैट दिखन नू मिलता है इत्थे तुहानू फोग लैंप्स वगैरह का ऑप्शन नहीं हैगा है पर इत्थे तुहानू क्रोम इनसर्ट दिता हुआ है हैडलैप कुछ इस तरह की हैडलाइट है ये तुहानू सिर्फ ओनली ਇੱਕੋ ਹੀ ਪ੍ਰੋਜੈਕਟਰ ਬੇਸ ਮਿਲਦਾ ਹੈ ਜੋ ਕਿ ਤੁਹਾਡੇ ਲੋ ਬੀਮ ਅਤੇ ਹਾਈ ਬੀਮ ਦਾ ਕੰਮ ਕਰਦਾ ਹੈ ਇੰਡੀਕੇਟਰ ਤੁਹਾਨੂੰ ਇੱਥੇ ਹੈ ਅਤੇ ਕੋਈ ਤੁਹਾਨੂੰ DRLs ਵਗੈਰਾ ਨਹੀਂ ਮਿਲਦੀ ਹੈ ਅਤੇ ਕੁਛ ਇਸ ਤਰ੍ਹਾਂ ਦੀ ਹੈ ਅਤੇ ਇਹਦੇ ਅੰਡਰ ਬੋਡੀ ਇੱਕ ਗਾਰਡ ਵੀ ਆਉਂਦਾ ਹੈ ਜੋ ਕਿ ਸੇਫਟੀ ਲਈ ਤੁਹਾਨੂੰ ਬੈਸਟ ਹੈ ਅਤੇ ਚੱਲਦੇ ਹਾਂ ਇਹਦੀ ਸਾਈਡ ਲੁੱਕ 'ਤੇ ਸਾਈਡ ਲੁੱਕ ਕੁਛ ਇਸ ਤਰ੍ਹਾਂ ਦੀ ਹੈ ਇਹਦੀ ਜਿਹਦੇ ਵਿੱਚ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇਹ ਐਸ ਵੇਰੀਐਂਟ ਹੈ ਅਤੇ ਇਹਦੇ 'ਚ ਤੁਹਾਨੂੰ ਆਟੋਮੈਟਿਕ ਜੋ ਤੁਹਾਨੂੰ ਰਿਵਿਊ ਮਿਰਰ ਮਿਲਦੇ ਆ ਜੋ ਕਿ ਜਿਹਦੇ ਇੰਡੀਕੇਟਰ ਇੱਥੇ 'ਤੇ ਪਲੇਸ ਹੈ ਅਤੇ ਟਾਇਰ ਸਾਈਜ਼ ਕੁਛ ਦੇਖ ਸਕਦੇ ਟਾਇਰ ਤੁਹਾਨੂੰ ਅਪੋਲੋ ਦੇ ਮਿਲਦੇ ਆ ਅਤੇ ਸਾਈਜ਼ ਇਹਦਾ 185/65 R15 ਇੰਚ ਦੇ ਤੁਹਾਨੂੰ ਅਪੋਲੋ ਦੇ ਟਾਇਰ ਦੇਖਣ ਨੂੰ ਮਿਲਦੇ ਆ ਅਤੇ ਕੁਛ ਇਸ ਤਰ੍ਹਾਂ ਦਾ ਇਹਦਾ ਸਾਈਡ ਵਿਊ ਹੈ ਅਤੇ ਨੋਰਮਲ ਤੁਹਾਨੂੰ ਕੁਛ ਇਸ ਤਰ੍ਹਾਂ ਦੇ ਇਹਦੇ ਬੋਡੀ ਕਲਰ ਹੀ ਜੋ ਹੈਂਡਲ ਬਾਰ ਉਹ ਮਿਲਦੇ ਆ ਏ ਪਿਲਰ ਤੁਹਾਨੂੰ ਮੈਟ ਵਿੱਚ ਮਿਲਦਾ ਆ ਅਤੇ ਬੀ ਪਿਲਰ ਵੀ ਤੁਹਾਨੂੰ ਬੈਟ ਫਿਨਿਸ਼ ਵਿੱਚ ਹੈ ਅਤੇ ਸੀ ਪਿਲਰ ਵੀ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਅਤੇ ਇੱਥੇ ਇੱਕ ਛੋਟਾ ਜਿਹਾ ਗਲਾਸ ਦਿੱਤਾ ਹੋਇਆ ਹੈ ਤਾਂ ਕਿ ਤੁਹਾਨੂੰ ਅੰਦਰੋਂ ਦੀ ਰੂਮੀ ਫੀਲ ਹੋਵੇ ਅਤੇ ਚੱਲਦੇ ਹਾਂ ਇਹਦੀ ਬੈਕ ਲੁੱਕ 'ਤੇ ਬੈਕ ਲੁੱਕ ਕੁਛ ਇਸ ਤਰ੍ਹਾਂ ਦੀ ਹੈ ਇਹਦੀ ਜਿਹਦੇ ਵਿੱਚ ਤੁਹਾਨੂੰ ਜੋ ਬੈਕ ਲਾਈਟ ਹੈ ਪ੍ਰੋਪਰ LED ਵਿੱਚ ਮਿਲਦੀ ਹੈ ਇਹ ਸਿਰਫ ਰਿਫਲੈਕਟਰ ਬੇਸਡ ਹੈ ਅਤੇ ਤੁਹਾਨੂੰ ਆਹ ਦੇਖੋ ਇਹਦੇ ਵਿੱਚ LED ਹੈ ਅਤੇ ਜਦੋਂ ਤੁਸੀਂ ਰਿਵਰਸ ਜੋ ਤੁਹਾਨੂੰ ਲਾਈਟ ਹੈ ਉਹ ਤੁਹਾਨੂੰ ਹੈਲੋਜਨ ਮਿਲਦੀ ਹੈ ਯੈਲੋ ਕਲਰ 'ਚ ਹੈ ਅਤੇ ਇੰਡੀਕੇਟਰ ਤੁਹਾਡਾ ਇੱਥੇ ਪਲੇਸ ਹੈ ਰਿਫਲੈਕਟਰ 4 ਤੁਹਾਨੂੰ ਪਾਰਕਿੰਗ ਸੈਂਸਰਸ ਮਿਲਦੇ ਹੈ ਅਤੇ ਇਸ ਵੇਰੀਐਂਟ ਵਿੱਚ ਤੁਹਾਨੂੰ ਕੋਈ ਵੀ ਕੈਮਰਾ ਦੇਖਣ ਨੂੰ ਨਹੀਂ ਮਿਲਦਾ ਉਹ ਤੁਸੀਂ ਐਡੀਸ਼ਨਲ ਕੰਪਨੀ ਦੀ ਅਸੈਸਰੀਜ਼ ਦੇ ਤੌਰ 'ਤੇ ਲਗਵਾ ਸਕਦੇ ਹੋ ਅਤੇ ਚੱਲਦੇ ਹਾਂ ਇਹਦੇ ਹੁਣ ਆਪਾਂ ਇੰਟੀਰੀਅਰ ਵੱਲ ਅਤੇ ਕੀ ਤੁਹਾਨੂੰ ਨੋਰਮਲ ਇਸ ਤਰ੍ਹਾਂ ਦੀ ਕੁਝ ਦੇਖਣ ਨੂੰ ਮਿਲਦੀ ਹੈ ਜੋ ਕਿ ਜਿਹਦੇ 'ਤੇ ਤੁਹਾਨੂੰ ਸਿਰਫ ਲੋਕ ਐਂਡ ਅਨਲੋਕ ਦਾ ਆਪਸ਼ਨ ਮਿਲਦਾ ਹੈ ਅਤੇ ਇਹਦੇ ਵਿੱਚ ਆਟੋ ਫੋਲਡਿੰਗ ਮਿਰਰ ਜੋ ਹੈ ਉਹ ਸਿਰਫ ਤੁਸੀਂ ਅੰਦਰੋਂ ਦੀ ਕਰ ਸਕਦੇ ਹੋ ਨੋਰਮਲ ਤੁਹਾਨੂੰ ਇਹ ਕੀ 'ਤੇ ਆਪਸ਼ਨ ਨਹੀਂ ਮਿਲਦਾ ਅਤੇ ਚੱਲਦੇ ਹਾਂ ਹੁਣ ਇਹਦੇ ਇੰਟੀਰੀਅਰ ਦੀ ਲੁੱਕ 'ਤੇ ਅਤੇ ਇੰਟੀਰੀਅਰ ਤੁਹਾਨੂੰ ਦਿਖਾਉਂਦੇ ਕਿੱਦਾਂ ਦਾ ਆ ਅਤੇ ਇਸ ਤਰ੍ਹਾਂ ਦਾ ਕੁਛ ਇਹਦਾ ਇੰਟੀਰੀਅਰ ਹੈ ਜੋ ਕਿ ਤੁਹਾਨੂੰ ਇੱਥੇ ਫੈਬਰਿਕ ਵਿੱਚ ਦਿੱਤਾ ਹੋਇਆ ਸੋਫਟ ਟੱਚ ਹੈ ਇਹ ਵੀ ਤੁਹਾਨੂੰ ਸੋਫਟ ਟੱਚ ਹੈ ਬਾਕੀ ਸਾਰਾ ਹਾਰਡ ਮਟੀਰੀਅਲ ਹੈ ਜੋ ਕਿ ਪ੍ਰੋਪਰ ਬਲੈਕ ਦੇ ਵਿੱਚ ਹੈ ਇੱਥੇ ਤੁਹਾਨੂੰ ਆਟੋ ਫੋਲਡ ਜੋ ਤੁਹਾਨੂੰ ਮਿਰਰ ਅਤੇ ਐਡਜਸਟੇਬਲ ਮਿਲਦੇ ਹੈ ਇੱਥੇ ਲੋਕ ਐਂਡ ਅਨਲੋਕ ਆਟੋ ਜੋ ਫਰੰਟ ਤੁਹਾਡਾ ਡੋਰ ਹੈ ਉਹ ਤੁਹਾਨੂੰ ਮਿਲਦਾ ਜੋ ਕਿ ਆਪਣੇ ਇਲੂਮੀਨੇਟਡ ਹੈ ਬਾਕੀ ਤੁਹਾਨੂੰ ਸਾਰੇ ਨੋਰਮਲ ਮਿਲਦੇ ਹੈ ਇੱਥੇ ਤੁਹਾਡੇ ਸਪੀਕਰ ਗ੍ਰਿਲ ਹੈ ਵਾਟਰ ਹੋਲਡਰ ਹੈ ਅਤੇ ਕੁਛ ਸਪੇਸ ਹੈ ਇੱਥੇ ਅਤੇ ਹੁਣ ਚੱਲਦੇ ਹਾਂ ਇਹਦੇ ਅੰਦਰ ਵਾਲੀ ਸਾਈਡ ਪਰ ਕੁਛ ਇਸ ਤਰ੍ਹਾਂ ਦਾ ਆ ਜਿਹਦੇ ਵਿੱਚ ਆਹ ਤੁਹਾਨੂੰ ਸਟੇਅਰਿੰਗ ਜੋ ਹੈ ਨੋਰਮਲ ਮਿਲਦਾ ਇਹਦੇ ਵਿੱਚ ਤੁਹਾਨੂੰ ਕੁਛ ਵੀ ਲੈਦਰ ਰੈਪ ਨਹੀਂ ਮਿਲਦਾ ਆ ਅਤੇ ਇਹਦੀ ਐਡਜਸਟਮੈਂਟ ਜੋ ਹੈਗੀ ਹੈ ਸਿਰਫ ਉੱਪਰ ਥੱਲੇ ਅਤੇ ਤੁਸੀਂ ਬਾਹਰ ਨੂੰ ਨਹੀਂ ਕਰ ਸਕਦੇ ਇਹਨੂੰ ਤੁਹਾਨੂੰ ਇੱਥੇ ਟੋਇਟਾ ਦਾ ਲੋਗੋ ਅਤੇ ਆਪਣੇ ਇੱਥੇ ਜੋ ਹੈਗੇ ਆ ਵੋਲਿਊਮ ਅਪ ਡਾਊਨ ਦੇ ਕੰਟਰੋਲਸ ਵੋਇਸ ਆਫ ਦੇ ਅਤੇ ਕੋਲ ਅਸੈਪਟ ਐਂਡ ਕੱਟਣ ਦੇ ਤੁਹਾਨੂੰ ਇੱਥੇ ਮਿਲਦੇ ਆ ਬਾਕੀ ਨੋਰਮਲ ਵੋਇਸ ਕੰਟਰੋਲ ਮਿਲਦੇ ਆ ਜਿੱਦਾਂ ਤੁਸੀਂ ਆਪਣੇ ਨੋਰਮਲ ਕੈਲੰਡਰ ਵਗੈਰਾ ਖੋਲ੍ਹ ਸਕਦੇ ਹੋ ਇਹਦੇ ਵਿੱਚ ਅਤੇ ਤੁਹਾਨੂੰ ਹੋਰ ਕੁਛ ਨਹੀਂ ਮਿਲਦਾ ਇਹਦੇ ਵਿੱਚ ਨੋਰਮਲ ਬੇਸਿਕ ਆ ਕਰੂਜ਼ ਕੰਟਰੋਲ ਨਹੀਂ ਮਿਲਦੇ ਆ ਅਤੇ ਇੱਥੇ ਤੁਹਾਨੂੰ ਵਾਈਪਰ ਦੇ ਕੰਟਰੋਲ ਮਿਲਦੇ ਜੋ ਮੈਨੂਅਲ ਹੈ ਆਟੋਮੈਟਿਕ ਨਹੀਂ ਮਿਲਦੇ ਅਤੇ ਇੱਥੇ ਤੁਹਾਨੂੰ ਹੈੱਡਲਾਈਟ ਦੇ ਮਿਲਦੇ ਆ ਅਤੇ ਇਸ ਦੇ ਵਿੱਚ ਵੀ ਤੁਹਾਨੂੰ ਕੋਈ ਆਟੋਮੈਟਿਕ ਵਾਲਾ ਆਪਸ਼ਨ ਨਹੀਂ ਮਿਲਦਾ ਇੱਥੋਂ ਤੁਸੀਂ ਐਡਜਸਟ ਕਰ ਸਕਦੇ ਹੋ ਕਿ ਆਪਣੇ ਮੀਟਰ ਵਗੈਰਾ ਨੂੰ ਅਤੇ ਇੱਥੋਂ ਤੁਸੀਂ ਇਹਦੀ ਬ੍ਰਾਈਟਨੈਸ ਵਗੈਰਾ ਘੱਟ ਜਾਂ ਵੱਧ ਕਰ ਸਕਦੇ ਹੋ ਡਿਸਪਲੇ ਦੀ ਅਤੇ ਆਹ ਕੁਛ ਇਸ ਤਰ੍ਹਾਂ ਦਾ ਇੰਟੀਰੀਅਰ ਹੈ ਇਹ ਸਾਰਾ ਹਾਰਡ ਮਟੀਰੀਅਲ ਹੈ ਅਤੇ
ਇੰਸਟਰੂਮੈਂਟ ਕਲਸਟਰ ਕੁਛ ਇਸ ਤਰ੍ਹਾਂ ਦਾ ਆ ਜੋ ਕਿ ਤੁਹਾਨੂੰ ਨੋਰਮਲ ਬੇਸਿਕ ਮਿਲਦਾ ਆ ਜੋ ਕਿ ਮਾਰੂਤੀ 'ਚ ਵੀ ਆਉਂਦਾ ਹੁੰਦਾ ਸੀ ਸੇਮ ਉਹੀ ਹੈ ਇਹ 'ਚ ਤੁਹਾਨੂੰ ਬਟ ਜੋ ਤੁਹਾਡੇ ਨੋਰਮਲ ਯੂਜ਼ ਦੀਆਂ ਚੀਜ਼ਾਂ ਸਾਰੀਆਂ ਮਿਲ ਜਾਣਗੀਆਂ ਜਿੱਦਾਂ ਐਪਲ ਕਾਰਪਲੇ ਐਂਡ ਐਂਡਰੋਇਡ ਆਟੋ ਤੁਹਾਨੂੰ ਸਾਰਾ ਕੁਛ ਦੇਖਣ ਨੂੰ ਮਿਲ ਜਾਏਗਾ ਸਪੀਡੋਮੀਟਰ ਕੁਛ ਇਸ ਤਰ੍ਹਾਂ ਦਾ ਆ ਜਿਹਦੇ ਵਿੱਚ ਤੁਹਾਨੂੰ ਗੱਬੇ LED ਦਿੱਤੀ ਹੋਈ ਹੈ ਜੋ ਤੁਹਾਨੂੰ ਕੀ ਦੱਸ ਦਿੰਦਾ ਆ ਕਿ ਤੁਹਾਡੀ ਕਾਰ ਕਿੰਨੇ ਕੁ ਕਿਲੋਮੀਟਰ ਚੱਲਣੀ ਹੈ ਕਿੰਨੀ ਨਹੀਂ ਚੱਲਣੀ ਹੈ ਅਤੇ ਇਸ ਸਾਈਡ ਤੁਹਾਨੂੰ ਆਟੋ ਸਟੋਪ ਦਾ ਆਟੋ ਸਟੋਪ ਐਂਡ ਸਟਾਰਟ ਦਾ ਆਪਸ਼ਨ ਮਿਲ ਜਾਂਦਾ ਆ ਅਤੇ ਆਹ ਤੁਹਾਨੂੰ ਕੁਛ ਲੈਵਰਲ ਮਿਲ ਜਾਂਦੇ ਆ ਜੋ ਕਿ ਹੈੱਡਲਾਈਟ ਦੇ ਆ ਤੁਹਾਨੂੰ ਸੈਂਟਰ ਨੋਰਮਲ ਇਹਦੇ ਵਿੱਚ ਤੁਹਾਨੂੰ ਦੋ ਏਅਰ ਬੈਗ ਦੇਖਣ ਨੂੰ ਮਿਲਦੇ ਆ ਜੋ ਕਿ ਅੱਜ ਕੱਲ੍ਹ ਸਰਕਾਰ ਦੇ ਮੁਤਾਬਿਕ ਸਟੈਂਡਰਡ ਹਰ ਬੇਸ ਮਾਡਲ ਤੋਂ ਹੀ ਤੁਹਾਨੂੰ 2 ਏਅਰ ਬੈਗਸ ਦੇਖਣ ਨੂੰ ਮਿਲਦੇ ਆ ਅਤੇ AC ਦੀ ਯੂਨਿਟ ਕੁਛ ਇਸ ਤਰ੍ਹਾਂ ਦੀ ਹੈ ਜੋ ਕਿ ਇਹਦੇ ਬੇਸ ਮਾਡਲ ਤੋਂ ਹੀ ਤੁਹਾਨੂੰ ਸ਼ੁਰੂ ਹੋ ਜਾਂਦੀ ਹੈ ਅਤੇ ਥੱਲੇ ਤੁਹਾਨੂੰ ਇਸ ਤਰ੍ਹਾਂ ਦਾ ਮਿਲਦਾ ਇੱਕ ਪਾਵਰ ਸੋਕਟ ਨੋਰਮਲ 12 ਵੋਲਟ ਦਾ ਅਤੇ ਇੱਕ ਤੁਹਾਨੂੰ USB ਵਾਲਾ ਪੋਰਟ ਦੇਖਣ ਨੂੰ ਮਿਲਦਾ ਆ ਕੁਛ ਇਸ ਤਰ੍ਹਾਂ ਦਾ ਜੋ ਗੇਅਰ ਨੋਬ ਹੈ 5 ਸਪੀਡ ਮਿਲਦਾ ਆ ਅਤੇ ਤੁਸੀਂ ਦੇਖ ਸਕਦੇ ਇਹ ਤੁਹਾਨੂੰ ਸਾਰਾ ਨਾ ਗਲੋਸ ਬਲੈਕ ਵਿੱਚ ਦਿੱਤਾ ਹੋਇਆ ਇੱਥੋਂ ਦੀ ਜੋ ਸਾਰਾ ਹੈ ਮਤਲਬ ਕਿ ਕਾਫੀ ਪ੍ਰੀਮੀਅਮ ਫੀਲ ਕਰਵਾਉਂਦਾ ਆ ਅਤੇ ਮੇਰੇ ਖਿਆਲ 'ਚ ਇਹਦਾ ਹੈ ਤਾਂ ਜੋ ਤੁਹਾਨੂੰ ਆਪਣੇ ਬਲੈਨੋ ਦਾ ਇੰਟੀਰੀਅਰ ਸੇਮ ਹੈ ਬਟ ਕੁਛ ਕੁਛ ਚੀਜ਼ਾਂ ਤੋਂ ਇਹ ਅਲੱਗ ਵੀ ਹੈ ਅਤੇ ਨੋਰਮਲ ਤੁਹਾਨੂੰ ਇੱਥੇ ਸਪੇਸ ਮਿਲਦੀ ਹੈ 2 ਕੱਪ ਹੋਲਡਰ ਮਿਲਦੇ ਆ ਅਤੇ ਆਮ ਨੋਰਮਲ ਇੱਥੇ ਤੁਹਾਨੂੰ ਹੈਂਡ ਬ੍ਰੇਕ ਮਿਲਦੀ ਹੈ ਕੋਈ ਆਮ ਰੈਸਟ ਨਹੀਂ ਮਿਲਦਾ ਆ ਅਤੇ ਜੋ ਇਹਦੀ ਸੀਟ ਕਵਰਸ ਵਗੈਰਾ ਆ ਉਹ ਨੋਰਮਲ ਹੈ ਫੈਬਰਿਕ ਵਿੱਚ ਹੈ ਅਤੇ ਕੁਛ ਇੱਥੇ ਵਾਈਟ ਕਲਰ 'ਚ ਤੁਹਾਨੂੰ ਇਹ ਇੱਥੇ ਪਲਾਸਟਿਕ ਮਟੀਰੀਅਲ ਮਿਲਦਾ ਅਤੇ ਤੁਹਾਡਾ ਸਾਰਾ ਗਲੋਸ ਵਿੱਚ ਹੈ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਨੋਰਮਲ ਇੱਥੇ ਮਿਰਰ ਮਿਲਦਾ ਆ ਅਤੇ ਯੈਲੋ ਲਾਈਟ ਮਿਲਦੀ ਹੈ ਅਤੇ ਇੱਥੇ ਕੁਛ ਇਸ ਤਰ੍ਹਾਂ ਦਾ ਆ ਇਹ ਵੈਨਿਟੀ ਸ਼ੇਡ ਹੈ ਅਤੇ ਇੱਧਰ ਤੁਹਾਨੂੰ ਮਿਰਰ ਮਿਲ ਜਾਂਦਾ ਆ ਬਾਕੀ ਤੁਹਾਨੂੰ ਗ੍ਰੈਬ ਹੈਂਡਲਸ ਮਿਲ ਜਾਂਦੇ ਆ ਇਸ ਸਾਈਡ ਅਤੇ ਬਾਕੀ ਜੋ ਤੁਹਾਨੂੰ ਇਹਦੇ ਵਿੱਚ ਆ ਨੋਰਮਲ ਹੈਂਡਲ ਬਾਰ ਮੈਟ ਵਿੱਚ ਮਿਲਦੇ ਆ ਅਤੇ ਚਲਦੇ ਹੁਣ ਬੈਕ ਸਾਈਡ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਵਿੱਚ ਤੁਹਾਨੂੰ ਨੋਰਮਲ ਸਿਰਫ ਜੋ ਸੀਟ ਹੈ ਤੁਸੀਂ ਇਹ ਆਪਣੇ ਹਿਸਾਬ ਜਾਣੀ ਕਿ ਅਪ ਐਂਡ ਡਾਊਨ ਨਹੀਂ ਕਰ ਸਕਦੇ ਨੋਰਮਲ ਤੁਹਾਨੂੰ ਸੀਟ ਐਡਜਸਟਮੈਂਟ ਮਿਲਦੀ ਹੈ ਅਤੇ ਇੱਥੇ ਤੁਹਾਨੂੰ ਮਿਲਦੇ ਆ ਡੋਰ ਆਪਣੇ ਹੁੱਡ ਓਪਨ ਕਰਨ ਦਾ ਅਤੇ ਇੱਕ ਨੋਰਮਲ ਮਿਲਦਾ ਚਲਦੇ ਹਾਂ ਰੇਅਰ ਸੀਟ 'ਤੇ ਅਤੇ ਰੇਅਰ ਸੀਟ 'ਤੇ ਦੱਸਦੇ ਹਾਂ ਤੁਹਾਨੂੰ ਰੇਅਰ ਸੀਟ 'ਤੇ ਵੀ ਸੇਮ ਤੁਹਾਨੂੰ ਇਸ ਤਰ੍ਹਾਂ ਦਾ ਹੀ ਫੈਬਰਿਕ ਮਿਲਦਾ ਆ ਅਤੇ ਇੱਥੇ ਤੁਹਾਨੂੰ ਸੋਫਟ ਟੱਚ ਜੋ ਫੈਬਰਿਕ ਉਹ ਮਿਲਦਾ ਆ ਅਤੇ ਸਪੀਕਰ ਗ੍ਰਿਲ ਹੈ ਇੱਥੇ ਤੁਹਾਡੀ ਅਤੇ ਆਹ ਨੋਰਮਲ ਹੈਂਡਲ ਬਾਰ ਹੈ ਅਤੇ ਹੁਣ ਚਲਦੇ ਅੰਦਰ ਵਾਲੀ ਸਾਈਡ ਅੰਦਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਲੈਗ ਸਪੇਸ ਕਾਫੀ ਹੈ ਇਹਦੇ ਵਿੱਚ ਜੋ ਕਿ ਅਫੀਸ਼ੀਐਂਟ ਹੈ ਕਾਫੀ ਹੈ ਮਤਲਬ ਤੁਸੀਂ ਨੋਰਮਲ ਇੱਥੇ 2 ਬੰਦੇ ਤਾਂ ਆਰਾਮ ਨਾਲ ਬੈਠ ਸਕਦੇ ਆ ਅਤੇ ਤੁਹਾਨੂੰ ਜੋ ਨੀਚੇ ਆ ਹੰਪ ਥੋੜ੍ਹਾ ਜਿਹਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕੋਈ ਇੱਥੇ ਤੁਹਾਨੂੰ AC ਵੈਂਟਸ ਨਹੀਂ ਮਿਲਦੇ ਹੈਗੇ ਆ ਅਤੇ ਨੀਚੇ ਤੁਹਾਨੂੰ ਇੱਕ 12 ਵੋਲਟ ਦਾ ਜੋ ਹੈ ਜੋ ਚਾਰਜਰ ਬਾਕੀ ਕੋਈ ਵੀ ਜੋ ਇੱਥੇ 2 ਹੈਡਰੈਸਟ ਦਿੱਤੇ ਹੋਏ ਆ ਜੋ ਕਿ ਨੋਰਮਲ ਹੈ ਐਡਜਸਟੇਬਲ ਹੈ ਨਹੀਂ ਹੈ ਕੋਈ ਆਮ ਰੈਸਟ ਦੇਖਣ ਨੂੰ ਨਹੀਂ ਮਿਲਦਾ ਅਤੇ ਰੂਫ ਇਹਦੀ ਪ੍ਰੋਪਰ ਵਾਈਟ ਹੈ ਜੋ ਰੀਅਰ ਲਾਈਟ ਹੈ ਉਹ ਵੀ ਤੁਹਾਨੂੰ ਯੈਲੋ ਦੇਖਣ ਨੂੰ ਮਿਲਦੀ ਹੈ ਇਹਦੇ ਵਿੱਚ ਤੁਹਾਨੂੰ ਓਨਲੀ 4 ਸਪੀਕਰ ਦਾ ਹੀ ਮਿਊਜ਼ਿਕ ਸਿਸਟਮ ਮਿਲਦਾ ਹੈ ਇਹਦੇ ਵਿੱਚ ਕੋਈ ਵੀ ਟਵਿਟਰ ਦਾ ਕੋਈ ਆਪਸ਼ਨ ਨਹੀਂ ਹੈ ਜੋ ਇਸ ਤੋਂ ਉੱਪਰ ਵਾਲੇ ਵੇਰੀਐਂਟ ਹੈ ਉਹਦੇ ਵਿੱਚ ਤੁਹਾਨੂੰ 4 ਸਪੀਕਰ ਐਂਡ 2 ਟਵਿਟਰ ਦਾ ਵੀ ਆਪਸ਼ਨ ਮਿਲ ਜਾਂਦਾ ਆ ਅਤੇ ਹੁਣ ਇਹਦਾ ਦਿਖਦੇ ਹਾਂ ਬੂਟ ਸਪੇਸ ਵਗੈਰਾ ਕਿ ਇਹਦੇ ਵਿੱਚ ਕਿੰਨਾ ਕੁ ਬੂਟ ਸਪੇਸ ਮਿਲਦਾ ਆ ਹੁਣ ਖੋਲਦੇ ਹਾਂ ਇਹਦੀ ਬੂਟ ਅਤੇ ਦਿਖਦੇ ਹਾਂ ਇਹਦੇ ਵਿੱਚ ਬੂਟ ਸਪੇਸ ਕਿੰਨਾ ਕੁ ਹੈ ਥੱਲੇ ਤੁਹਾਨੂੰ ਰਿਕੁਐਸਟ ਇੱਕ ਬਟਨ ਦਿੱਤਾ ਹੋਇਆ ਆ ਅਤੇ ਕੁਛ ਇਸ ਤਰ੍ਹਾਂ ਦਾ ਆ ਇੱਥੇ ਤੁਹਾਨੂੰ ਪਾਰਸਲ ਟਰੇ ਮਿਲ ਜਾਂਦੀ ਹੈ ਪ੍ਰੋਪਰ ਸਪੇਅਰ ਦਾ ਬੂਟ ਸਪੇਸ ਤੁਹਾਨੂੰ ਇੱਥੇ ਟੂਲ ਕਿੱਟ ਵਗੈਰਾ ਦਿੱਤੀ ਹੋਈ ਹੈ ਥੱਲੇ ਤੁਹਾਨੂੰ ਇਹਦੇ ਸਪੇਅਰ ਵੀਲ ਦਿੱਤਾ ਹੋਇਆ ਜੋ ਕਿ ਇਸ ਤਰ੍ਹਾਂ ਦਾ ਆ ਉਹ ਵੀ ਸੇਮ ਸਾਈਜ਼ 15 ਇੰਚ ਦਾ ਅਪੋਲੋ ਦਾ ਟਾਇਰ ਦਿੱਤਾ ਹੋਇਆ ਹੈ ਜੋ ਕਿ ਸੇਮ ਸਾਈਜ਼ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਬਾਕੀ ਤੁਸੀਂ ਦੇਖ ਸਕਦੇ ਇਹਦੇ ਵਿੱਚ ਕੋਈ ਲਗੇ ਲੈਂਪ ਵਗੈਰਾ ਨਹੀਂ ਦਿੱਤੀ ਹੋਈ ਹੈ ਨੋਰਮਲ ਹੀ ਹੈ ਅਤੇ ਇਸ ਤੋਂ ਉੱਪਰ ਵਾਲੇ ਵੇਰੀਐਂਟ 'ਤੇ ਤੁਹਾਨੂੰ ਇਹਦਾ ਲੋਕ ਵਾਲਾ ਆਪਸ਼ਨ ਵੀ ਮਿਲ ਜਾਂਦਾ ਹੈ ਖੋਲਦੇ ਪੈਸੈਂਜਰ ਸਾਈਡ ਡੋਰ ਜੋ ਕਿ ਇਸ ਤਰ੍ਹਾਂ ਦੀ ਹੈ ਅਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਇਹਦੇ ਵਿੱਚ ਕੁਛ ਵੀ ਐਡਜਸਟੇਬਲ ਦਾ ਆਪਸ਼ਨ ਨਹੀਂ ਦਿੱਤਾ ਹੋਇਆ ਹੈ ਅਤੇ ਇਸ ਤਰ੍ਹਾਂ ਦੀ ਇਹਦੀ ਕੁਛ ਲੁੱਕ ਹੈ ਅਤੇ ਤੁਹਾਨੂੰ ਜੋ ਗਲਵ ਬੋਕਸ ਹੈ ਨੋਰਮਲ ਮਿਲਦਾ ਹੈ ਕੋਈ ਲਾਈਟਿੰਗ ਵਾਲਾ ਜਾਂ ਕੂਲਡ ਵਗੈਰਾ ਹੈ ਨਹੀਂ ਹੈ ਨੋਰਮਲ ਗਲਵ ਬੋਕਸ ਹੈ ਅਤੇ ਬਾਕੀ ਤੁਸੀਂ AC 'ਤੇ ਦੇਖ ਸਕਦੇ ਹੋ AC 'ਤੇ ਨੋਰਮਲ ਫਰੰਟ ਰੇਅਰ ਡਿਫੋਗਰ ਵਗੈਰਾ ਸਾਰੇ ਆਪਸ਼ਨ ਮਿਲਦੇ ਆ ਇਹਦੇ ਵਿੱਚ ਅਤੇ ਕੁਛ ਇਸ ਤਰ੍ਹਾਂ ਦੇ ਇਹਦੇ ਵਿੱਚ ਨੋਰਮਲ ਵਾਈਪਰ ਮਿਲਦੇ ਆ ਅਤੇ ਇਹਦੇ ਵਿੱਚ ਜੋ ਬੈਕ ਸਾਈਡ ਆ ਉਹ ਤੁਹਾਨੂੰ ਨੋਰਮਲ ਹੀ ਮਿਲੇਗਾ ਉਹਦੇ ਵਿੱਚ ਵਾਈਪਰ ਦਾ ਆਪਸ਼ਨ ਨਹੀਂ ਮਿਲਦਾ ਸਿਰਫ ਤੁਹਾਨੂੰ ਡਿਫੋਗਰ ਦਾ ਆਪਸ਼ਨ ਮਿਲਦਾ ਆ ਸੋ ਜੋ ਟੋਪ ਲਾਈਨ ਵਾਲੇ ਵੇਰੀਐਂਟ ਹੈ ਉਹਦੇ ਵਿੱਚ ਮਿਲ ਜਾਏਗਾ ਅਤੇ ਬਾਕੀ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਮੇਰਾ ਜੇ ਵਧੀਆ ਲੱਗ ਰਿਹਾ ਤਾਂ ਆਈ ਹੋਪ ਤੁਸੀਂ ਲਾਈਕ ਜ਼ਰੂਰ ਕਰੋਗੇ ਅਤੇ ਇਹਦੇ ਵਿੱਚ ਹੀ ਤੁਹਾਨੂੰ ਟੋਪ 'ਤੇ ਜੋ ਹੈ ਨੋਰਮਲ ਐਂਟੀਨਾ ਮਿਲਦਾ ਆ ਜੋ ਸ਼ਾਰਕ ਫਿਨ ਐਂਟੀਨਾ ਉਹ ਤੁਹਾਨੂੰ ਸਿਰਫ ਟੋਪ ਵੇਰੀਐਂਟਸ ਦੇ ਵਿੱਚ ਹੀ ਮਿਲੇਗਾ ਅਤੇ ਜੋ ਇਹਦੀ ਇਹ ਫਿਊਲ ਕੈਪੈਸਿਟੀ ਆ ਉਹ ਮੈਂ ਤੁਹਾਨੂੰ ਥੱਲੇ ਮੈਂਸ਼ਨ ਕਰ ਦਾਂਗਾ ਕਿ ਇਹਦੇ ਜੋ ਥੱਲੇ ਨੰਬਰ ਪਲੇਟ ਲਾਈਸੈਂਸ ਵਾਲੀਆਂ ਪਲੇਟਾਂ ਦੇ ਉੱਪਰ ਜੋ ਲਾਈਟ ਆ ਤੁਹਾਨੂੰ ਯੈਲੋ ਕਲਰ 'ਚ ਦੇਖਣ ਨੂੰ ਮਿਲਦੀ ਆ ਅਤੇ
ਇਹ ਤੁਹਾਨੂੰ ਨੋਰਮਲ ਐਸ ਦੀ ਬੈਚਿੰਗ ਦਿੱਤੀ ਹੋਈ ਆ, ਇੱਥੇ ਤੁਹਾਨੂੰ ਗਲੈਂਜ਼ਾ ਦੀ ਬੈਚਿੰਗ ਦਿੱਤੀ ਹੋਈ ਹੈ, ਟੋਇਟਾ ਦਾ ਲੋਗੋ, ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੁਛ ਇਸ ਤਰ੍ਹਾਂ ਦੀ ਹੈ ਟੋਇਟਾ। ਅਗਰ ਤੁਸੀਂ ਕੁਛ ਵੀ ਇਹਨਾਂ ਦੀ ਕਾਰ ਟੋਇਟਾ ਦੀ ਕੋਈ ਵੀ ਲੈਣਾ ਚਾਹੁੰਦੇ ਹੋ ਜੋ ਸਾਡੇ ਮੁਕੇਰੀਆਂ ਜੋ ਦਸੂਏ ਦੇ ਏਰੀਆ ਦੇ ਆ, ਤਾਂ ਤੁਸੀਂ ਟੋਇਟਾ 'ਤੇ ਆ ਸਕਦੇ ਹੋ, ਉੱਪਰ ਤੁਹਾਨੂੰ ਨੰਬਰ ਫਲੈਸ਼ ਹੋ ਰਿਹਾ ਆ, ਅਤੇ ਬਾਕੀ ਸਾਰੀ ਡਿਟੇਲਸ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ। ਅਗਰ ਤੁਹਾਨੂੰ ਕੁਛ ਵੀ ਪੁੱਛਣਾ ਹੋਏਗਾ ਤਾਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ, ਅਤੇ ਦੱਸਿਓ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ, ਅਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਹੋਰ ਨਵੀਂ ਕਾਰ ਲੈ ਕੇ। ਟੇਕ ਕੇਅਰ, ਬਾਏ ਬਾਏ।